ਅਯੋਧਿਆ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਸਥਾਪਿਤ ਕੀਤੇ ਜਾਣ ਤੋਂ ਬਾਅਦ ਹੁਣ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਣੀ ਹੈ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਪਰ ਇਸੇ ਜਸ਼ਨ ਦੇ ਮਾਹੌਲ ਦੇ ਵਿੱਚ ਕਈ ਥਾਵਾਂ ਤੇ ਕੁਝ ਸਵਾਲ ਵੀ ਉੱਠਦੇ ਨੇ ਪੰਜਾਬ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਕਿਤੇ ਤੁਸੀਂ ਦੇਖੋ ਤਾਂ ਤਕਰੀਬਨ ਤੁਹਾਨੂੰ ਮੰਦਰਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਜ਼ਰ ਆਏਗਾ ਖੁਸ਼ੀਆਂ ਦਾ ਮਾਹੌਲ ਨਜ਼ਰ ਆਏਗਾ ਕਿ ਇੱਕ ਇੱਕ ਵੱਡਾ ਜਿਹੜਾ ਹੈਗਾ ਉਤਸਵ ਦੇ ਰੂਪ ਦੇ ਵਿੱਚ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਵੱਡਾ ਦਿਨ ਹੈ ਪਰ ਇਸ ਨੂੰ ਲੈ ਕੇ ਕਈ ਨਿਹੰਗ ਸਿੰਘ ਦੇ ਬੰਦੇ ਦੇ ਵਿੱਚ ਗੁਰਜੀਤ ਸਿੰਘ ਨਾਮ ਦਾ ਸ਼ਖਸ ਜਾਂ ਕੁਝ ਹੋਰ ਲੋਕ ਵੀ ਉੱਥੇ ਜਿਹੜੇ ਨੇ ਉਹ ਪਹੁੰਚੇ ਨੇ ਲੰਗਰ ਲਾਉਣ ਦਾ ਦਾਵਾ ਕੀਤਾ ਗਿਆ ਔਰ ਹਰ ਤਕਰੀਬਨ ਤਕਰੀਬਨ ਲੋਕਾਂ ਨੂੰ ਸੱਦਾ ਭੇਜਣ ਦੀ ਵੀ ਗੱਲ ਕੀਤੀ ਗਈ ਆ ਕਿਸੇ ਧਰਮ ਨਾਲ ਉਹ ਲੋਕ ਜੁੜੇ ਹੋਣ ਪਰ ਇਸ ਸੱਦਾ ਪੱਤਰ ਨੂੰ ਲੈ ਕੇ ਇਹਨਾਂ ਚੀਜ਼ਾਂ ਨੂੰ ਲੈ ਕੇ ਉਸ ਮਾਹੌਲ ਨੂੰ ਲੈ ਕੇ ਕੁਝ ਇੱਕ ਸਵਾਲ ਵੀ ਉੱਠ ਰਹੇ ਨੇ ਖਾਸ ਕਰਕੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਲੋਕਾਂ ਤੇ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਸਖਬੁੱਧੀ ਜੀ ਵੀ ਦੇ ਤੌਰ ਤੇ ਵੀ ਅਕਸਰ ਵਿਚਰਦੇ ਨੇ ਸਿਆਸੀ ਮਾਹਰ ਵੀ ਨੇ ਪ੍ਰੋਫੈਸਰ ਇੱਕ ਬੇਸ਼ੱਕ ਸਿੱਖਾਂ ਦੇ ਵਿੱਚ ਇਹ ਦੇਖੀ ਜਾਂਦੀ ਹੈ ਕਿ ਹਰ ਧਰਮ ਦਾ ਸਤਿਕਾਰ ਕਰਦੇ ਆ ਕਰਨਾ ਵੀ ਬਣਦਾ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਆਪਣੇ ਆਪਣੇ ਧਰਮ ਚ ਪੱਕੇ ਰਹੋ ਸਾਰੇ ਧਰਮ ਦਾ ਸਤਿਕਾਰ ਵੀ ਕਰਦੇ ਆਸੀਂ ਪਰ ਫਿਰ ਵੀ ਇਸ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਕਿ ਜਿਹੜਾ ਰਾਮ ਮੰਦਰ ਵਾਲਾ ਮਾਹੌਲ ਬਣਿਆ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਕੁਝ ਇੱਕ ਲੋਕ ਉੱਥੇ ਜਾ ਕੇ ਸਿੱਖੀ ਦੇ ਬੰਦੇ ਦੇ ਵਿੱਚ ਉਸ ਦੇ ਉਲਟ ਜਿਹੜਾ ਹੈਗਾ ਭੂਮਿਕਾ ਦੇ ਵਿੱਚ ਨਜ਼ਰ ਆਉਂਦੇ ਨੇ ਔਰ ਨਾਲ ਹੀ ਸਵਾਲ ਉੱਠਦਾ ਹੈ ਕਿ ਸਿੱਖਾਂ ਨੇ ਜਾਂ ਸਿੱਖ ਧਰਮ ਦੇ ਜੁੜੇ ਹੋਏ ਨਮਾਇੰਦਿਆਂ ਨੇ ਇਹਦੇ ਵਿੱਚ ਕੀ ਸਟੈਂਡ ਲੈਣਾ ਹੈ ਕਿਸ ਤਰ੍ਹਾਂ ਦੀ ਸਥਿਤੀ ਹੈ ਕੁਝ ਵੀ ਸਪਸ਼ਟ ਨਹੀਂ ਕਹਿੰਦੇ ਹੋ ਰਿਹਾ ਇਸ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਨੇ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਇਹ ਦਿਨ ਪਹੁੰਚਣ ਲਈ 75 ਸਾਲ ਲੱਗੇ ਆ ਜਿਸ ਦਿਨ ਰਾਮ ਲੱਲਾ ਦਾ ਜਿਹੜੇ 9 9 ਕਿੰਚ ਦੀ ਉਹ ਪਹਿਲੀ ਮੂਰਤੀ ਹੈਗੀ ਆ ਉਸ ਨੂੰ ਉੱਥੇ ਰੱਖਿਆ ਗਿਆ ਤੇ ਨਹਿਰੂ ਨੇ ਉਦੋਂ ਪ੍ਰਧਾਨ ਮੰਤਰੀ ਸੀ ਕਿਹਾ ਇਹ ਕੰਮ ਨਾ ਕਰੋ ਇਸ ਨੂੰ ਬਾਹਰ ਲੈ ਜਾਓ ਨਹੀਂ ਮੰਨੇ ਉਹਦੇ ਤੋਂ ਚੱਲਦਾ 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 ਅੱਜ ਇਹ 75 ਸਾਲਾਂ ਬਾਅਦ ਇਹੋ ਜਿਹਾ ਇੱਕ ਮਾਹੌਲ ਦੇਸ਼ ਦੇ ਅੰਦਰ ਬਣਾਤਾ ਕਿ ਜਿਵੇਂ ਸਾਡੇ ਦੇਸ਼ ਦੇ ਅੰਦਰ ਰਾਮ ਨੂੰ ਬਹੁਤ ਭਾਰੀ ਖਤਰਾ ਹੋਵੇ ਤੇ ਸਾਰੇ ਦੇਸ਼ ਨੂੰ ਉਹਨੂੰ ਇਕੱਠੇ ਹੋ ਕੇ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਇਹ ਉਲਟਾ ਹੀ ਕੰਮ ਚੱਲ ਪਿਆ RAM ਜਿਹੜਾ ਪੂਰੀ ਦੁਨੀਆ ਨੂੰ ਅਸੀਂ ਮੰਨਦੇ ਆਂ ਇੱਕ ਸ਼ਕਤੀ ਆ ਸਰਵਸ਼ਕਤੀਮਾਨ ਆ ਪ੍ਰਮਾਨਤ ਆ ਕਣ-ਕਣ 'ਚ ਭਗਵਾਨ ਆ ਸਾਰੀ-ਸਾਰੀ ਜਗ੍ਹਾ ਆ ਉਹਦੇ ਤੋਂ ਬਿਨਾਂ ਹੈ ਨਹੀਂ ਇੰਜ ਮੰਨਣ ਦੇ ਵਿੱਚ ਹੈਗਾ ਤੇ ਜਦ ਇਹ ਤੇ ਫਿਰ ਤੁਸੀਂ ਐਡਾ ਡਰਾਮਾ ਹੋ ਹੱਲਾ ਉਥੇ ਇੰਜ ਹੋ ਗਿਆ ਇਹਦਾ ਤੇ ਮਤਲਬ ਇਹ ਹੈ ਕਿ ਤੁਸੀਂ ਜਾਣ ਬੁੱਝ ਕੇ ਇੱਕ ਧਾਰਮਿਕ ਪ੍ਰਥਾ ਨੂੰ ਰਾਜਨੀਤਿਕ ਹਥਿਆਰ ਬਣਾ ਰਹੇ ਆਂ ਗਾਂ ਚੋਣਾਂ ਲਈ ਬੈਲਟ ਬਾਕਸ ਤੱਕ ਲੈ ਜਾਣਾ ਚਾਹੁੰਦੇ ਆਂ ਇਹ ਤੇ ਰਹੀ ਹੈ ਸਾਡੇ ਦੇਸ਼ ਦੇ ਮਾਹੌਲ ਦੀ राम जी ਦੀ ਜਿਹੜੀ ਮੈਨੂੰ ਇਸ ਵੇਲੇ ਚਰਚਾ ਤੋਂ ਲੱਗਦਾ ਰਹੀ ਗੱਲ ਹੁਣ ਜਿਹੜੀ ਤੁਸੀਂ ਕਹਿ ਰਹੇ ਆਂ ਕਿ ਸਿੱਖਾਂ ਦਾ ਜਾਂ ਅਕਾਲੀ ਦਾਲ ਦਾ ਜਾਂ ਨਿਹੰਗ ਸਿੰਘਾਂ ਦਾ ਦੇਖੋ ਜਿਹੜੇ ਨਿਹੰਗ ਸਿੰਘ ਆ ਉਹ ਅਲੱਗ-ਅਲੱਗੇ ਕੁੰਨਾਂ ਦੇ ਵੀ ਡੇਰੇ ਹੈਗੇ ਆ ਕੁਝ ਉਹਨਾਂ ਦੀਆਂ ਵੀ ਅਲੱਗ-ਅਲੱਗ ਲਿਗੇਸੀਜ਼ ਹੈਗੀਆਂ ਪਰ ਕੁਝ ਵਿੱਚ ਉਹ ਇਹੋ ਜਿਹੇ ਵੀ ਹੈਗੇ ਆ ਜਿਹੜੇ ਦਾਲ ਆਉਣ ਵਾਲੇ ਹੈਗੇ ਆ ਵੀ ਚਲੋ ਜੀ ਹੁਣ ਇੱਧਰ ਨੂੰ ਚੱਲਦਾ ਤੇ ਹੁਣ ਇੱਧਰ ਨੂੰ ਚੱਲ ਪੋ ਤੇ ਕੁਝ ਨਾ ਕੁਝ ਉਧਰ ਆ ਜਾਣਗੇ ਮਤਲਬ ਇਹ ਤੁਸੀਂ ਵੈਸੇ ਵੀ ਸਾਰਿਆਂ ਨੂੰ ਕੰਟਰੋਲ ਕਰ ਨਹੀਂ ਸਕਦੇ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਸੇ ਨੂੰ ਥੋੜੀ ਕਹੋਗੇ ਤੂੰ ਬਾਣਾ ਕਿਉਂ ਪਾਇਆ ਭਈ ਉਹ ਕਹਿੰਦਾ ਮੇਰੀ ਮਰਜ਼ੀ ਉਹ ਤੂੰ ਕਹਿੰਦਾ ਉਹ ਮੇਰੀ ਇੰਟਰਪ੍ਰੀਟੇਸ਼ਨ ਹੈ ਜਿਹੜੀ ਮੁੱਖ ਧਾਰਾ ਹੁੰਦੀ ਹੈ ਇਸ ਤਰ੍ਹਾਂ ਹੀ ਤੁਸੀਂ ਹਿੰਦੂਆਂ ਦੇ ਵਿੱਚ ਵੀ 125 ਸੰਪਰਦਾਏ ਆ ਜਿਨ੍ਹਾਂ ਦੇ ਉੱਥੇ ਬੰਦਿਆਂ ਨੂੰ ਮੈਸੇਜ ਦੇ ਕੇ ਬੁਲਾਇਆ ਗਿਆ ਕੋਈ ਇੱਕ ਨਹੀਂ ਹੈ 125 ਜਿਹੜੇ ਹਿੰਦੂ ਧਰਮ ਦੇ ਵਿੱਚ ਵੀ ਨੇ ਉਹ ਵੀ ਇਸ ਚੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਵੀ ਖੜੇ ਕੀਤੇ ਹਾਲਾਂਕਿ ਧਰਮ ਹਿੰਦੂ ਆ ਨਹੀਂ ਨਹੀਂ ਬਿਲਕੁਲ ਸਵਾਲ ਖੜੇ ਕੀਤੇ ਕੁਛ ਸ਼ੰਕਰਚਾਰੀਆ ਤੇ ਚਾਰੇ ਦੇ ਚਾਰੇ ਪੂਰੀ ਵਾਲੇ ਨੇ ਤੇ ਝਾਂਬੀ ਲਾ ਦਿੱਤੀ ਹੈ ਜਾਨੀ ਕੋ ਗੁੱਲ ਛੱਡੀ ਨਹੀਂ ਕਹਿੰਦੇ ਜਿਹੜਾ ਉਹਨਾਂ ਦਾ ਅੱਗੇ ਲੀਡਰ ਲਾਇਆ ਆ ਉਹ ਤੇ ਹੈ ਹੀ ਅਤੰਕੀ ਉਹ ਤੇ ਪਤਾ ਨਹੀਂ ਕੋਈ ਨਿੱਜੀ ਵੀ ਹੋ ਸਕਦੀ ਆ ਪ੍ਰਧਾਨ ਮੰਤਰੀ ਦੇ ਨਾਲ ਕੇਜਰੀ ਉਹਨਾਂ ਸੌਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਕੁਛ ਇਹੋ ਜਿਹੀ ਨਿੱਜੀ ਵੀ ਹੋ ਸਕਦੀ ਪਰ ਜੋ ਉਹਨਾਂ ਨੇ ਤੁਹਾਨੂੰ ਪਤਾ ਵੀਡੀਓ ਤੁਸੀਂ ਵੀ ਦੇਖਿਆ ਸੀ ਵੀ ਦੇਖ ਰਹੇ ਆ ਉਹਨਾਂ ਨੇ ਗੱਲਾਂ ਕਈਆਂ ਆ ਉਹ ਤੇ ਇੰਜ ਲੱਗਦਾ ਕਿ ਇੱਕ ਨਵਾਂ ਸੱਤਾ ਦਾ ਕਿਲਾ ਬਣ ਰਿਹਾ ਸੀ ਧਰਮ ਦੇ ਨਾਂ ਤੇ ਉਹ ਚ ਸਾਨੂੰ ਬਾਹਰ ਕੱਢਦਾ ਸਾਡਾ ਹੀ ਹਿੱਸਾ ਹੋਣਾ ਚਾਹੀਦਾ ਹੋਰ ਤੇ ਹੋਰ ਉਹ ਜਿਹੜਾ ਉੱਥੇ ਵਾਲਾ ਅਖਾੜਾ ਲੜਿਆ ਆ ਨਰਮੋਹੀ ਅਖਾੜਾ ਜਿਹਨੇ ਏਡਾ ਵੱਡਾ ਕੇ ਲੜਿਆ ਉਹਨੂੰ ਵੀ ਬਾਹਰ ਕਰਤਾ ਤੇ ਮੋਦੀ ਜੀ ਨੇ ਆਪਣੇ ਬੰਦੇ ਲਿਆ ਕੇ ਤੇ ਮੈਨੇਜਮੈਂਟ ਚ ਪਾ ਦਿੱਤੇ ਆ ਉਹ ਚਲਪਤਰਾਏ ਤੇ ਹੋਰ ਉਹ ਆਪਣੇ ਬਿਆਨ ਦੇ ਰਹੇ ਆ ਤਾਂ ਕਿ ਜਿਹੜੀ ਗਾਂ ਨੂੰ ਆਉਣ ਵਾਲੀ ਉੱਥੇ ਕੋਈ ਪੋਲਿਟਿਕਸ ਕਰਨੀ ਅੱਗੇ ਨੂੰ ਵੀ ਜਿਹੜੀ ਕਰਨੀ ਆ ਉਹ ਆਪਣੇ ਕੰਟਰੋਲ ਚ ਰਹੇ ਉਹਨਾਂ ਨੇ ਪੂਰਾ ਧਿਆਨ ਰੱਖਿਆ ਇਸ ਕਿਸਮ ਦਾ ਚੱਲ ਰਿਹਾ ਇਹ ਆਪਾਂ ਉਹ ਚੈਨਾ ਜਾਈਓ ਲੰਬਾ ਵਿਸ਼ਾ ਕਿ ਧਰਮ ਦਾ ਕੀ ਹੈ ਮਿੱਤ ਹੁਣੀਆਂ ਹੈਗੀ ਹੈ ਜਾਂ ਪੋਲਿਟਿਕਸ ਦੇ ਵਿੱਚ ਕੀ ਕਰਨਾ ਚਾਹੀਦਾ ਰਹੀ ਗੱਲ ਉੱਥੇ ਨਿਹੰਗ ਸਿੰਘਾਂ ਦੀ ਜਿਹੜਾ ਤੁਸੀਂ ਸਵਾਲ ਖੜਾ ਕਰ ਰਹੇ ਸੀ ਉਹ ਉਹਨਾਂ ਨੂੰ ਦੇਖੋ ਸੋਚਣਾ ਚਾਹੀਦਾ ਹੈ ਕਿ ਇਹ ਸਾਡੀ ਜਿਹੜੀ ਸਿੱਖੀ ਹੈ ਮੈਨੂੰ ਤੇ ਲੱਗਦਾ ਇੱਕ ਵਿਦਰੋਹ ਦੀ ਰੋਸ ਦੀ ਤੇ ਰਿਫਾਰਮ ਦੀ ਮੂਵਮੈਂਟ ਹੈਗੀ ਕਿਤੇ ਕਿਤੇ ਉਹ 10ਵੇਂ ਗੁਰੂ ਦੇ ਸਾਹਿਬ ਦੇ ਬਾਅਦ ਲੜਾਕੂ ਵੀ ਹੋ ਗਏ ਨਹੀਂ ਸਾ ਸਰਤਾਰੀ ਹੋਏ ਆ ਪਰ ਜਿਵੇਂ ਸਿੰਘ ਜਾਣ ਦੀ ਗੱਲ ਹੋਈ ਆ ਜਾਂ ਜਿਹੜੇ ਕੁਝ ਲੋਕ ਸਵਾਲ ਚੁੱਕਦੇ ਨੇ ਤੁਹਾਨੂੰ ਤੁਸੀਂ ਕੀ ਸਮਝਦੇ ਹੋ ਕੀ ਉਹ ਸੱਜੇ ਹੀ ਚਲੇ ਗਏ ਨਾ 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 ਲਗਾਏ ਆ ਉਹਨਾਂ ਨੂੰ ਉਹ ਦੇਖੋ ਉਹਨਾਂ ਨੂੰ ਇਹ ਇਹ ਕਹਿਣਾ ਤੁਸੀਂ ਇੱਕ ਹੋਰ ਚੀਜ਼ ਨੋਟ ਕਰੋ ਇਹ ਨਿਯੰਗ ਸਿੰਘਾਂ ਦੀ ਵੀ ਉਹਦੇ ਵਿੱਚੇ ਹੀ ਆਉਂਦੀ ਆ ਪ੍ਰਧਾਨ ਮੰਤਰੀ ਇੰਨੀ ਠੰਡ ਚ ਸੌਚ ਨਹੀਂ ਠੰਡ ਹੋਣੀ ਮੈਨੂੰ ਕੱਲ ਸਮੁੰਦਰ ਚ ਖੜੇ ਸੀਗੇ ਕੱਪੜੇ ਕੁੱਪੜੇ ਥੇ ਕੇ ਕੋਈ ਬੰਦਾ ਜਾਂਦਾ ਜਿਹੜੇ ਐ ਟਾ ਟੱਫੇ ਨਾ ਰੋਜ਼ 5 6 ਸੂਟ ਬਦਲਦਾ ਹੋਵੇ ਬੰਦਾ ਉਹ ਤੇ ਜਾ ਕੇ ਫੋਟੋ ਲਵਾਉਣੀ ਉਹ ਜਿਵੇਂ ਲਕਸ਼ਦੀਪ ਵਿੱਚ ਵੀ ਜਾ ਕੇ ਪੜੀ ਆਮ ਜਿਤਨਾ ਕਿ ਮੈਂ ਰੋਜ਼ ਵਿੱਚ ਤੇ ਹੀ ਬੈਠਾ ਉਹਨਾਂ ਵੇ ਵਜੀਆਂ ਫੋਟੋਆਂ ਲਵਾਉਣੀਆਂ ਪ੍ਰਧਾਨ ਮੰਤਰੀ ਸਾਡੇ ਵੈਸੇ ਬੜੇ ਚੀਜ਼ ਹੈਗੇ ਇਸ ਗੱਲੋਂ ਤੇ ਸਾਨੂੰ ਚਲੋ ਲੱਗਦਾ ਵੀ ਹਰ ਹਰ ਪਾਸੇ ਟਲ ਜਾਂਦੀ ਜਿਵੇਂ ਐਕਟਰ ਹੁੰਦਾ ਨਾ ਉਹਨੂੰ ਤੇ ਹਰ ਕਿਸਮ ਦੀ ਐਕਟੇਆ ਵਿਲਨ ਵੀ ਕਰਨੀਆਂ ਹੀਰੋ ਦੀ ਵੀ ਕਰਨੀਆਂ ਸਾਰੀ ਕਰਨੀ ਉਹ ਕਰ ਲੈਂਦੇ ਆ ਕਾਮਯਾਬੀ ਨਾਲ ਕਰ ਲੈਂਦੇ ਹੁਣ ਉਹ ਸਾਰੇ ਦੇਸ਼ ਦੇ ਵੱਡੇ ਵੱਡੇ ਮੰਦਰਾਂ ਤੇ ਗਏ ਤੁਸੀਂ ਸੋਚ ਕੇ ਦੇਖੋ ਦਾ ਮਤਲਬ ਕੀ ਹੈ ਉਹ ਜਿਹੜੇ ਡੀਐਮਕੇ ਜਾਂ ਹੋਰ ਸਟਾਲਨ ਬਾਰ-ਬਾਰ ਕਹਿੰਦੇ ਉਹ ਸਨਤਨ ਨੂੰ ਤੁਸੀਂ ਸਾਨੂੰ ਜਾਤਵਾਦ ਦੇ ਵਿੱਚ ਫਸਾਉਣਾ ਚਾਹੁੰਦੇ ਆ ਸੀ ਤੇ ਹੈ ਹੀ OBC ਤੇ ਦਲਤਾਂ ਦੇ ਉਹਨਾਂ ਨੇ ਬੜੀ ਵੱਡੀ ਪਰਿਆਰ ਨੇ ਮੂਹ ਪਰਿਆਰ ਜਾਂ ਹੋਰ ਉਹਨਾਂ ਨੇ ਜਿਹੜਾ ਰਾਮਾ ਸੁਆਮੀ ਉਹਨਾਂ ਨੇ ਮੂਵਮੈਂਟ ਲੜੀ ਹੋਈ ਆ ਹੁਣ ਉਹ ਉਸ ਕਿਸਮ ਦੇ ਧਾਰਨੀਆ ਪੋਲਿਟੀਕਲੀ ਉਹਨਾਂ ਦੀ ਓਰੀਐਂਟਿੰਗ ਜਿਵੇਂ ਸਿੱਖੀਜਮਿਆਂ ਜਿਵੇਂ ਲੰਗਾਇਤ ਹੈਗੇ ਸਾਰੇ ਅਸੀਂ ਇੱਕੋ ਜਿਹੇ ਆ ਉਸ ਕਿਸਮ ਦੇ ਬਾਗੀਕਰ ਵਾਇਤਾ ਸੀ ਜੀਆਂ ਇਹ ਕਾਉਂਟਰ ਕਰੰਟਸ ਕਹੈ ਲੋ ਜਾਂ ਕਾਉਂਟਰ ਮੂਵਮੈਂਟ ਕਹੈ ਲੋ ਜਿਹਦੇ ਵਿੱਚ ਸਮਾਜ ਨੂੰ ਜੋੜਨਾ ਹਰ ਧਰਮ ਦੀ ਇੱਜ਼ਤ ਕਰਨਾ ਹਰ ਫਿਰਕੇ ਦੀ ਇੱਜ਼ਤ ਕਰਨਾ ਤੇ ਇੱਕੋ ਹੀ ਰੱਬ ਨੂੰ ਮੰਨਣਾ ਵੀ ਉਹ ਰਾਮ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਲਿਖਿਆ ਸਾਡਾ ਰਾਮ ਕਿ ਤੇ ਸਾਨੂੰ ਰਾਮ ਪਿਆਰ ਹਨ ਪਰ ਅਸੀਂ ਉਸ ਤਰੀਕੇ ਨਾਲ ਭਾਵਕ ਨਹੀਂ ਹੋਏ ਉਹਥੇ ਨਹੀਂ ਜਾਂਦੇ ਕਿਉਂਕਿ ਉਹ ਰਾਜ ਨਹੀਂ ਤੇ ਖਰਾਮ ਹੈ ਉਹ ਰਾਜਨੀਤਿਕ ਬਾਣਾ ਪਣਾ ਕੇ ਉਹਦੇ ਤੇ ਰਾਜਨੀਤੀ ਕੀਦੀ ਮੈਨੂੰ ਲੱਗਦਾ ਜੇ RAM ji ਆਉਣ ਤੇ ਪਹਿਲਾਂ ਤੇ ਉਹਨਾਂ ਇਹਨਾਂ ਇਹਨਾਂ ਨੂੰ ਸਵਾਲ ਪੁੱਛਣਗੇ ਵੀ ਤੁਸੀਂ ਕੀ ਕਰਦੇ ਫਿਰਦੇ ਆ ਯਾਰ ਤੁਸੀਂ ਮੈਨੂੰ ਇੰਨਾ ਛੋਟਾ ਕਰਤਾ ਮੈਂ ਤੇ ਸਰਵ ਵਿਆਪੀ ਐ ਤੁਸੀਂ ਮੈਨੂੰ ਸਿਰਫ ਇੱਥੇ ਹੀ ਇੱਕ ਇੱਕ ਛੋਟੀ ਜੀ ਚੀਜ਼ ਦੀ ਦੇਖਣਾ ਚਾਹੁੰਦੇ ਆ ਇਹ ਤੇ ਗੁਰੂ ਨਾਨਕ ਵਾਲੀ ਗੱਲ ਹੀ ਆ ਨਾ ਗੁਰੂ ਨਾਨਕ ਦੇਵ ਜੀ ਜਦ ਮੱਕੇ ਗਏ ਸੀ ਤੇ ਇਹੋ ਹੀ ਉਹਦੇ ਬਾਰੇ ਸਾਖੀ ਬਣਾਈ ਆ ਨਾ ਕਿ ਉਹਨਾਂ ਨੇ ਕਿਹਾ ਕਹਿੰਦੇ ਤੂੰ ਹੈ ਕਿਹੜਾ ਕਮਲਾ ਬੰਦਾ ਆ ਗਿਆ ਇੱਥੇ ਆ ਕੇ ਮੱਕੇ ਵੱਲ ਨੂੰ ਪੈਰ ਕਰਕੇ ਬਹਿ ਗਿਆ ਉਹ ਕਹਿੰਦੇ ਜਿੱਧਰ ਨੂੰ ਮੱਕਾ ਨਹੀਂ ਉਹ ਤੈਨੂੰ ਕਰਦਿਓ ਪਿੰਕ ਮਕਾਦੇ ਕਿੰਨੇ ਰੱਬ ਤੇ ਅੱਲਾ ਤੇ ਸਾਰੀ ਜਗਾ ਪ੍ਰਮਾਣਿਤ ਹੈਗਾ ਹਰ ਚੀਜ਼ ਜਰੇ ਜਰੇ ਉਸ ਤਰ੍ਹਾਂ ਹੀ ਰਾਮ ਬਾਰੇ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਵਾਰੀਆਂ ਆਇਆ ਇਸ ਗੱਲ ਦਾ ਹੁਣ ਇਹ ਸਵਾਲ ਤੇ ਸਾਰੇ ਰਹਿ ਗਏ ਇੱਕ ਪਾਸੇ ਵਿੱਚੋਂ ਜਿਹੜੀ ਮੈਂ ਕਹਿੰਨਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਤੁਸੀਂ ਆਪਾਂ ਵੀ ਕਿਤੇ ਭੁੱਲ ਨਾ ਜਾਈਏ ਅਕਾਲ ਤਖਤ ਤੇ ਜਥੇਦਾਰ ਨੂੰ ਬਾਰ ਬਾਰ ਤੁਹਾਡੇ ਵਰਗੇ ਯੰਗ ਮੁੰਡੇ ਪੁੱਛਦੇ ਆ ਭਾਈ ਤੁਸੀਂ ਦੱਸੋ ਤੇ ਸਹੀ ਇਹ ਕਰਨਾ ਕੀ ਹੈਗਾ ਉਹ ਵੀ ਚੁੱਪ ਦਾੜ ਵੱਟੇ ਬਿਠੇ ਆ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਸਾਫ਼-ਸਾਫ਼ ਕਹਿਣਾ ਚਾਹੀਦਾ ਵੀ ਤੁਸੀਂ ਆਪਣਾ ਜੋ ਮਰਜ਼ੀ ਕਰਨਾ ਕਰੋ ਇਹ ਤੁਹਾਡੀ ਰਾਜਨੀਤੀ ਆ ਇਹ ਇੰਜ ਵੀ ਕਹਿਣ ਚ ਕੋਈ ਅਰਜ਼ ਨਹੀਂ ਕਿ ਸਿੱਖ ਰਾਜਨੀਤੀ ਹੋਰ ਕਿਸਮ ਦੀ ਆ ਕਿ ਜਦ ਆਰਐਸਐ ਸੁਦਰ ਨੂੰ ਲਾ ਕੇ ਚੱਲਦੀ ਆ ਬੀਜੇਪੀ ਨੂੰ ਉਹਨਾਂ ਦਾ ਪੋਲਿਟੀਕਲ ਵਿੰਗ ਆ ਸਾਡਾ ਸ਼ੁਰੂਮਣੀ ਗਾਲੀਦਾਲ ਪੋਲਿਟੀਕਲ ਵਿੰਗ ਆ ਅਸੀਂ ਉਸ ਦੇ ਨਾਲ ਇਸ ਤਰ੍ਹਾਂ ਚ ਕਹਿਣਾ ਵੇ ਤੇ ਕਹਿਣ ਠੋਕੇ ਕਹਿਣ ਵੀ ਸਾਨੂੰ ਔਰ ਅਸੀਂ ਕਾਊਂਟਰ ਕਰ ਰਹੇ ਹਾਂ ਅਸੀਂ ਉਸ ਉਸ ਦੇ ਇੱਕ ਬਿਲਕੁਲ ਵਿਕਲਪ ਆ ਇੱਕ ਅਲਟਰਨੇਟਿਵ ਆ ਅਸੀਂ ਤੇ ਸਾਰਿਆਂ ਨੂੰ ਔਰਤ ਮਰਦ ਦਲਿਤ ਸਾਰਿਆਂ ਨੂੰ ਸਾਡੇ ਗੁਰਦੁਆਰਾ ਸਾਹਿਬ ਚ ਵੀ ਆਉਣ ਭਾਵੇਂ ਉਹ ਗ੍ਰੰਥੀ ਜੀ ਬਣ ਭਾਵੇਂ ਉਹ ਅਕਾਲ ਤਖਤ ਦੇ ਜਥੇਦਾਰ ਬਣ ਤੁਸੀਂ ਆਪਣਾ ਬਣਾ ਕੇ ਦੱਸੋ ਤੁਸੀਂ ਮੰਦਰ ਦਾ ਪੁਜਾਰੀ ਦਲਿਤ ਨੂੰ ਬਣਾ ਕੇ ਦੱਸੋ ਬੀਬੀ ਨੂੰ ਬਣਾ ਕੇ ਦੱਸੋ ਫਿਰ ਅਸੀਂ ਤੁਹਾਨੂੰ ਮੰਨਾਂਗੇ ਵੀ ਤੁਸੀਂ ਸਾਡੇ ਵਰਗੇ ਨਹੀਂ ਤੇ ਤੁਸੀਂ ਤੇ ਹੈ ਹੀ ਬੜੇ ਅਲੱਗ ਆ ਅਲੱਗ ਦਾ ਮਤਲਬ ਹੈ ਨਹੀਂ ਵੀ ਅਸੀਂ ਉਹਨਾਂ ਨੂੰ ਕੋਈ ਨਫ਼ਰਤ ਕਰਦੇ ਆ ਪਰ ਤੁਸੀਂ ਅਸੀਂ ਤੁਹਾਡਾ ਯਾਨੀ ਕਹਿਣ ਦਾ ਇੱਕ ਵਿਕਲਪ ਆਇਆ ਐਂਟੀ ਰੋਟ ਆ ਅਸੀਂ ਤੇ ਤੁਹਾਡੀ ਮਰਜ਼ੀ ਦੀ ਦਵਾ ਦੇ ਤੌਰ ਤੇ ਆਏ ਆ ਡਾਕਟਰ ਆ ਅਸੀਂ ਕਿਵੇਂ ਤੁਹਾਡੇ ਚ ਨਾਲ ਸਕਦੇ ਆ ਅੱਛਾ ਜਿਹੜੇ ਕਈ ਲੋਕੀ ਵੀ ਕਹਿੰਦੇ ਨੇ ਕਹਿੰਦੇ ਨੇ ਕਿਉਂਕਿ ਜੇ ਲੰਗਰ ਲਾਇਆ ਤਾਂ ਲੰਗਰ ਲਾਉਣਾ ਕੋਈ ਗਲਤ ਚੀਜ਼ ਨਹੀਂ ਹੈ ਲੰਗਰ ਤਾਂ ਦੇਖੋ ਸਾਡਾ ਕਰਮ ਧਰਮ ਆ ਅਸੀਂ ਕਿਤੇ ਵੀ ਸਿੱਖ ਜਿਹੜੇ ਲਾਉਂਦੇ ਆ ਉਹਦੇ ਕਿ ਸਵਾਲੇ ਆ ਉਹ ਲੰਗਰ ਲਾਉਣ ਦਾ ਤੌਰ ਤਰੀਕਾ ਕੀ ਆ ਉਹ ਲੰਗਰ ਲਗਾਉਣ ਦੇ ਨਾਲ ਤਸਵੀਰ ਕੀ ਦਿਖਾਈ ਗਈ ਆ ਉਹਾਂ ਦੇ ਭੋਗ ਅਸੀਂ ਗੁਰੂ ਸਾਹਿਬ ਨੂੰ ਹਜ਼ਰਨਾਮੇ ਮੰਨ ਕੇ ਉੱਥੇ ਲਵਾਉਨੇ ਆ ਕਿਰਪਾਨ ਭੇਟ ਕਰਦੇ ਆ ਉਹਾਂ ਦੇ ਵੀ ਉੱਥੇ ਜਾ ਕੇ ਨੰਗ ਸਿੰਘ ਜਿਹੜੇ ਆ ਮੂਰਤੀ ਨੂੰ ਭੋਗ ਲਵਾਉਂਦੇ ਆ ਉਹਨਾਂ ਦੇ ਵੀ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਤੋਂ ਸਾਨੂੰ ਦਿੱਕਤ ਹੈ ਉੱਥੇ ਜਾਣ ਜਾਂ ਨਾ ਜਾਣ ਚ ਉੱਤੇ ਤੋਂ ਸਾਨੂੰ ਕੋਈ ਨਹੀਂ ਕਿਉਂਕਿ ਸਭ ਧਰਮ ਹੀ ਸਤਕਾਰ ਕਰਦੇ ਦੋਹੀ ਪਾਸੇ ਦੇਖ ਲਓ ਮੈਨੂੰ ਤੇ ਇਹ ਇਹ ਲੱਗਦਾ ਕਿ ਸਾਡੇ ਅੰਦਰ ਵੀ ਕੋਈ ਵੀ ਡੋਮੀਨੈਂਟ ਕਲਚਰ ਹੋਏ ਜਾਂ ਧਰਮੇ ਉਹਦਾ ਅਸਰ ਹੋਣ ਲੱਗਦਾ ਜੇ ਤੁਸੀਂ ਲਗਾਤਾਰ ਉਸ ਤੇ ਪਹਿਰਾ ਨਾ ਦੋ ਅਸੀਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਮੰਨਦੇ ਜਦੋਂ ਅਸੀਂ ਕਹਿੰਦੇ ਆ ਉਹਨਾਂ ਦੇ ਜਿਹੜੇ ਪੱਤਰੇ ਆ ਕਿਸੇ ਨੇ ਬੇਅਦਬੀ ਕੀਤੀ ਸੀ ਕਿ ਨਹੀਂ ਇਹ ਅੰਗ ਖਲਾਰਤੇ ਫਿਰ ਅਸੀਂ ਏਸੀ ਲਾਉਨੇ ਆ ਫਿਰ ਉਹਦੇ ਤੇ ਪੱਖਾ ਲਾਉਨੇ ਆ ਅਸੀਂ ਬਿਲਕੁਲ ਇੱਕ ਮੂਰਤੀ ਦੇ ਰੂਪ ਦੇ ਵਿੱਚ ਦੇਖਣ ਲੱਗ ਗਏ ਉਹਨਾਂ ਨੂੰ ਯਾਰ ਸਾਡਾ ਸ਼ਬਦ ਗੁਰੂ ਆ ਉਹਦੇ ਅੰਦਰ ਵਿਚਾਰ ਸਾਡਾ ਗੁਰੂ ਆ ਉਹ ਸਾਡੇ ਲਈ ਟਾਰਚ ਲਾਈਟ ਹੈਗੀ ਆ ਜਿੱਥੋਂ ਰੋਸ਼ਨੀ ਲੈ ਕੇ ਅਸੀਂ ਬਾਕੀ ਦੇ ਜਿਹੜੇ ਕੂੜ ਪ੍ਰਚਾਰ ਤੇ ਕੂੜ ਵਿਚਾਰਿਆ ਉਹਨਾਂ ਦਾ ਮੁਕਾਬਲਾ ਕਰਨਾ ਤੁਸੀਂ ਇਹ ਸਮਝ ਕੇ ਕਿ ਬਿਲਕੁਲ ਫਿਰ ਉਹਦਾ ਤੇ ਉਹਦਾ ਸਾਡੇ ਸਾਡੇ ਦੇ ਸੰਸਕਾਰ ਜੇ ਸਾਡੇ ਗੁਰਦੁਆਰਿਆਂ 'ਚ ਸੰਸਕਾਰ ਉਸ ਕਿਸਮ ਦੇ ਆ ਗਏ ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਰੋਕਿਆ ਸਾਨੂੰ ਇਹ ਕਾਰਨ ਤੋਂ ਤਾਂ ਫਿਰ ਉੱਥੇ ਜਾ ਕੇ ਉਹ ਪ੍ਰਸ਼ਾਦ ਦਾ ਭੋਗ ਲਵਾਉਣਾ ਤੇ ਇੱਕ ਛੋਟਾ ਜਿਹਾ ਹੋਰ ਅੱਗੇ ਕਦਮ ਹੈ ਮੇਰਾ ਖਿਆਲ ਸਾਨੂੰ ਆਪਣੇ ਘਰ ਨੂੰ ਪਹਿਲਾਂ ਬਿਲਕੁਲ ਉਸ ਰੂਪ 'ਚ ਸਵਾਰ ਕੇ ਰੱਖਣਾ ਚਾਹੀਦਾ ਜਿੱਥੋਂ ਇਹ ਮੂਵਮੈਂਟ ਜਿਸ ਕਰਕੇ ਉੱઠી ਉਹ ਮੂਲ ਨਹੀਂ ਜੜ ਨਹੀਂ ਭੁੱਲਣੀ ਚਾਹੀਦੀ ਅਸੀਂ ਬਹੁਤ ਵਾਰੀ ਅਵੇਸਲੇ ਹੋ ਕੇ ਆਪ ਹੀ ਇੰਨਾ ਢਿੱਲੇ ਪੈ ਜਾਂਦੇ ਆ ਕਿ ਤਾਈਆਂ ਫਿਰ ਸਾਨੂੰ ਬਿਆਨ ਦੇਣੇ ਔਖੇ ਹੋ ਜਾਂਦੇ ਆ ਅੱਛਾ ਸਿੱਖ ਬੁੱਧੀ ਜੀ ਵੀ ਇਸ ਚੀਜ਼ ਨੂੰ ਲੈ ਕੇ ਆਪਸ ਵਿੱਚ ਵਿਚਾਰਾਂ ਤੁਹਾਡੀਆਂ ਹੋ ਰਹੀਆਂ ਕਿ ਕਰਨਾ ਕੀ ਐ ਜਾਣਾ ਕਿੱਧਰ ਐ ਜਾਂ ਫਿਰ ਤੁਸੀਂ ਵੀ ਜਹਦਰ ਸਾਹਿਬ ਵੱਲ ਦੇਖ ਰਹੇ ਹੋ ਕਿਉਂਕਿ ਕੌਮਦੀ ਨੁਮਾਇੰਦਗੀ ਦੀ ਜ਼ਿੰਮੇਵਾਰੀ ਅਸ਼੍ਰੀ ਕਾਲ ਤੱਕ ਸਾਹਿਬ ਜਹਦਰ ਤੇ ਆ ਬਣਦੀ ਆ ਜਾਂ ਉਧਰ ਝਾਕ ਰਹੇ ਹੋ ਜਾਂ ਬੁੱਧੀ ਜੀ ਵੀ ਇਸ ਮਸਲੇ ਨੂੰ ਲੈ ਕੇ ਕੋਈ ਚਰਚਾ ਕਰ ਰਹੇ ਹੋ ਤੁਸੀਂ ਤੁਹਾਡਾ ਕੀ ਜਿਹੜਾ ਹੈਗਾ ਫੈਸਲਾ ਰਹਿਣ ਵਾਲਾ ਬਈ ਦੇਖੋ ਮੈਂ ਤੇ ਬਿਲਕੁਲ ਆਜ਼ਾਦ ਬੰਦਾ ਹੈਗਾ ਨਾ ਤੇ ਮੈਂ ਕੋਈ ਕਦੀ ਵੋਟ ਅਜੇ ਤੱਕ ਐਸਜੀਪੀਸੀ ਨੂੰ ਪਾਈ ਆ ਬੋਟਾ ਜਦੋਂ ਪਹਿਣ ਗਿਆ ਉਹਦੇ ਦੇਖ ਲਾਂਗੇ ਪਰ ਮੈਂ ਅਜੇ ਤੱਕ ਕਦੀ ਨਹੀਂ ਪਾਈ ਇਸ ਕਰਕੇ ਮੈਂ ਉਸ ਤਰ੍ਹਾਂ ਦਾ ਨਹੀਂ ਕਿ ਜਿਹੜੀ ਧਰਮ ਦੇ ਨਾਂ ਤੇ ਕੋਈ ਪੋਲਿਟਿਕਸ ਹੋਵੇ ਉਹਦੇ ਚ ਐਕਟਿਵ ਇੰਟਰਸਟ ਲੈਣਾ ਮੈਂ ਉਸ ਧਰਮ ਦਾ ਜਿਹੜੀ ਸਿੱਖੀ ਦਾ ਆ ਉਹਦੀ ਜਿਹੜੀ ਬੇਸਿਕ ਸਪਿਰਿਟ ਹੈ ਕਿ ਰੋਸ ਤੇ ਵਿਰੋਧ ਦੀ ਮੂਵਮੈਂਟ ਤੇ ਇੱਕ ਲੋਕ ਇਨਸਾਫ ਤੇ ਲੋਕ ਹਿੱਤ ਦੀ ਮੂਵਮੈਂਟ ਦਾ ਜਿਹੜਾ ਪਲੇਟਫਾਰਮ ਹੈ ਸਾਡਾ ਤੇ ਕੰਸਰਨ ਹੁੰਨਾ ਤਾਂ ਕਿ ਜੇ ਉਹ ਨਹੀਂ ਕਰਦੇ ਤੇ ਮੈਨੂੰ ਨਹੀਂ ਲੱਗਦਾ ਉਹ ਸਿੱਖ ਹੈਗੇ ਰਹੀ ਗੱਲ ਲੰਗਰ ਦੀ ਲੰਗਰ ਸਾਨੂੰ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਕਿ ਸਾਡਾ ਕੀ ਵਿਚਾਰ ਆ ਅਸੀਂ ਕਿ ਅਸੀਂ ਅਸੀਂ ਤਾਂ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਗੁਰੂ ਨਾਨਕ ਦੇ ਜਿਹੜੇ ਵਿਚਾਰ ਉਹਦੇ ਪਹਿਰੇਦਾਰ ਆ ਇਹ ਸਾਰੇ ਛੱਡ ਜਾਣੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਉੱਥੇ ਜਾਂਦੇ ਆ ਜਾਂ ਨਹੀਂ ਜਾਂਦੇ ਜੇ ਜਾਣਗੇ ਤੇ ਕਹਿ ਦਾਂਗੇ ਪੁੱਛ ਲਾਂਗੇ ਵੀ ਕਿਉਂ ਗਏ ਸੀ ਦੱਸੋ ਜੈਦਰ ਸਾਹਿਬ ਵੱਲ ਜਾ ਰਹੇ ਹੋ ਫਿਰਲੇ ਹੈ ਜੈਦਰ ਸਾਹਿਬ ਦੇ ਸਨੇਹ ਵੱਲ ਦੇਖ ਰਹੇ ਹੋ ਨੋ ਨੋ ਸਵਾਲ ਹੀ ਨਹੀਂ ਅਸੀਂ ਨਾਨੂ ਕੀ ਚੱਕਣਾ ਆਏ ਸੀ ਉਹ ਜਥੇਦਾਰ ਸਾਹਿਬ ਜਿਹੜੇ ਆ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਕਈ ਕਿਸਮ ਦੀਆਂ ਮਿੰਟੀਆਂ ਗਿਣਤੀਆਂ ਹੋ ਸਕਦੇ ਸਾਡੇ ਮਨ ਚ ਕੁਝ ਨਹੀਂ ਹੈ ਸਾਨੂੰ ਤੇ ਜਿਹੜਾ ਇੱਕ ਵਿਚਾਰ ਸਾਡੇ ਮਾਂ ਬਾਪ ਕੱਲ੍ਹ ਕਾ ਸਾਡੇ ਉਹਨਾਂ ਨੂੰ ਇੱਕ ਚਿੱਠੀ ਵੀ ਲਿਖੀ ਆ ਵੀ ਸਥਿਤੀ ਸਪਸ਼ਟ ਕਰੋ ਕਹਿੰਦੇ ਜਵਾਬ ਨਹੀਂ ਆਇਆ ਕੋਈ ਚਲੋ ਫਿਰ ਜੇ ਉਹ ਉਹਨਾਂ ਨੇ ਨਹੀਂ ਠੀਕ ਸਮਝਿਆ ਹੋ ਜਾ ਉਹਨਾਂ ਦੀ ਕੋਈ ਝੱਕੋ ਤੱਕ ਦੇ ਕਾਰਨ ਹੋਣਗੇ ਰਾਜਨੀਤਿਕ ਹੋ ਸਕਦੇ ਧਾਰਮਿਕ ਹੋ ਸਕਦੇ ਗਾਂ ਕੋਈ ਗੱਠ ਜੋੜਦੇ ਵੀ ਹੋ ਸਕਦੇ ਜੇ ਉਹ ਜਾ ਮਰਜ਼ੀ ਹੋਵੇ ਉਹ ਉਹਨਾਂ ਨੇ ਦੇਖਣਾ ਹੈ ਜਾਂ ਉਹਨਾਂ ਦੀ ਜਿਹੜੇ ਕੁਝ ਕਿਉਂਕਿ ਅਕਾਲੀ ਦਲ ਵੀ ਤੇ ਵਿੱਚ ਕਾਫੀ ਬੰਦੇ ਹੈਗੇ ਆ ਜਿਹੜੇ ਐ ਐਸਜੀਪੀਸੀ ਦੇ ਮੈਂਬਰ ਹੈਗੇ ਆ ਤੇ ਉਹ ਉਸ ਕਿਸਮ ਦਾ ਵੀ ਉਹਨਾਂ ਦੇ ਵਿਚਾਰਾਂ ਨੂੰ ਜਾਂ ਉਹਨਾਂ ਦੇ ਫੈਸਲੇ ਨੂੰ ਇਹੋ ਜੀ ਯੱਕੋ ਤੱਕ ਨੂੰ ਪ੍ਰਭਾਵਿਤ ਕਰ ਸਕਦੇ ਆ ਉਹਦੇ ਚ ਉਹ ਜਾਣਨ ਛਗੋ ਤੁਸੀਂ ਉਹਨਾਂ ਨੂੰ ਇਹ ਸਵਾਲ ਕਰੋ ਜਾ ਕੇ ਤੁਸੀਂ ਮੈਂ ਤੇ ਦੇ ਬਾਰੇ ਕੋਈ ਜਵਾਬ ਨਹੀਂ ਦੇ ਸਕਦਾ ਮੈਂ ਇਹ ਜਵਾਬ ਦੇ ਸਕਦਾ ਵੀ ਜੇ ਜਾਣਗੇ ਤੇ ਇਹਨਾਂ ਨੂੰ ਦੱਸਣਾ ਤੇ ਪਊਗਾ ਲੋਕਾਂ ਨੂੰ ਵੀ ਕੀ ਲੈ ਕੇ ਆਏ ਤੁਸੀਂ ਵੀ ਜਿਹੜਾ ਅਸੀਂ ਤੇ ਮੂਰਤੀ ਪੂਜਾ ਜਾਂ ਉਸ ਕਿਸਮ ਦੇ ਜਿਹੜਾ ਕਿਸੇ ਕਿਸਮ ਦਾ ਵੀ ਕਹ ਲਾ ਮੈਂ Hindu ਦੀ ਨਹੀਂ ਗੱਲ ਕਰਦਾ ਸਾਨੂੰ ਸਾਡੇ Hindu ਸਾਰੇ ਭਰਾ ਆ ਸਾਡੇ ਸਾਨੂੰ ਆਪਣੇ ਸਾਨੂੰ ਕੋਈ ਆਪਨਾ ਪਰਾਇਆ ਲੱਗਦਾ ਹੀ ਨਹੀਂ ਸੱਚੀ ਗੱਲ ਐ ਸਾਨੂੰ ਤੇ ਚਿੱਟਾ ਹੋਵੇ ਕਾਲਾ ਹੋਵੇ ਉੱਚਾ ਹੋਵੇ ਛੋਟਾ ਹੋਵੇ ਕਿਸੇ ਕਿਸਮ ਦਾ ਸਾਨੂੰ ਲੱਗਦਾ ਪਈ ਸਾਰੇ ਰੱਬ ਦੇ ਰੂਪ ਆ ਇਸ ਕਰਕੇ ਸਾਨੂੰ ਸਾਰੇ ਪਿਆਰੇ ਆ ਪਰ ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਮੰਡੀਆਂ ਪਾਉਂਦੇ ਆ ਉਹਨਾਂ ਨੂੰ ਫਿਰ ਜਵਾਬ ਦੇਈ ਤੇ ਲੋਕ ਪੁੱਛਦੇ ਤੇ ਆ ਵੀ ਲੈਣ ਕੀ ਗਏ ਸੀਗੇ ਇਹ ਤੇ ਫਿਰ ਆ ਕੇ ਜਵਾਬ ਦੇਣਾ ਪਰ ਦੂਜੀ ਗੱਲ ਮੈਂ ਤੁਹਾਨੂੰ ਜਿਹੜੀ ਗੱਲ ਵਿੱਚੋਂ ਅਸਲ ਚੈਸੀ ਸਲਿੱਪ ਕਰਕੇ ਮੈਂ ਉਹ ਜਰੂਰ ਇੰਪੋਰਟੈਂਟ ਆ ਕਰਨੀ ਚਾਹੁੰਨਾ ਨਵਿੰਦਰ ਉਹ ਇਹ ਕਿ ਪ੍ਰਧਾਨ ਮੰਤਰੀ ਕਿਉਂਕਿ ਸਾਊਥ ਚ ਮੈਨੀਟ੍ਰੇਸ਼ਨ ਹੋ ਨਹੀਂ ਰਹੀ ਸਾਰੇ ਮੰਦਰਾਂ ਚ ਉਧਰ ਜਾ ਕੇ ਆਏ ਆ ਤਾਂ ਕਿ ਜਿਹੜੀ ਇੱਥੇ ਹੁਣ ਇੱਕ ਤਾਂ ਨੂੰ ਅਭਾਰ ਆ ਉਸ ਨੂੰ ਉੱਥੋਂ ਵੀ ਉਹਨਾਂ ਦੀਆਂ ਰਾਜਨੀਤਿਕ ਪਾਰਟੀਆਂ ਦੀ ਜ਼ਮੀਨ ਖਸਕਾਉਣ ਲਈ ਧਰਮ ਦੇ ਨਾਂ ਤੇ ਮੇਰਾ ਖਿਆਲ ਹੈ ਕਿ ਸੌਦੀਆਂ ਪਾਰਟੀਆਂ ਨੂੰ ਇਸ ਗੱਲ ਤੇ ਹੁਣ ਤੋਂ ਹੀ ਹਿਸ਼ਿਆਰ ਹੋ ਜਾਣਾ ਚਾਹੀਦਾ ਕਿ ਜੋ ਰਾਜਨੀਤੀ ਉਹ ਸੈਕੂਲਰ ਰਾਜਨੀਤੀ ਔਰ ਸਮਾਜਿਕ ਮੁੱਦਿਆਂ ਦੀ ਤੇ ਸਮਾਜਿਕ ਇਨਸਾਫ ਦੀ ਰਾਜਨੀਤੀ ਕਰ ਰਹੇ ਆ ਉਹ ਫਿਰ ਜਿੱਦ ਜੇ ਧਰਮ ਦੀ ਉਧਰ ਨੂੰ ਚੜ ਗਈ ਹੈ ਹਨੇਰੀ ਤਾਂ ਫੇਰ ਉਹਨਾਂ ਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਜੋ ਨਾਰਥ ਵਿੱਚ ਹੋਇਆ ਹਾਲ ਦੀ ਘੜੀ ਹੈ ਜਿਹੜੀ ਜਿਆਦਾ ਜਿਆਦਾ ਇਹਨੂੰ ਜਾ ਗਿਆ ਨਾਰਥ ਵਿੱਚ ਲੱਗੀ ਆ ਤਾਂ ਪ੍ਰੋਫੈਸਰ ਮਨਜੀਤ ਸਿੰਘ ਗੋਣੀ ਆ ਸਾਬਤ ਤੌਰ ਤੇ ਕਹਿੰਦੇ ਨੇ ਕਿ ਜੋ ਕੁਝ ਚੱਲ ਰਿਹਾ ਦੇਖੋ ਤਾਂ ਕਹਿੰਦੇ ਨੇ ਕਿ ਰੱਬ ਭਗਵਾਨ ਉਹ ਹਰ ਜਗ੍ਹਾ ਕਿੜ ਕਿੜ ਦੇ ਵਿੱਚ ਮੌਜੂਦ ਆ ਤਾਂ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਸਿਆਸੀ ਰੰਗ ਜ਼ਰੂਰ ਨਜ਼ਰ ਆਉਂਦਾ ਕਿ ਇਹ ਐਵੇਂ ਇੰਨਾ ਵੱਡਾ ਮਾਹੌਲ ਹੈ ਜਿਹੜਾ ਉਹ ਨਹੀਂ ਬਣਾਇਆ ਜਾ ਰਿਹਾ ਇਹਦੇ ਪਿੱਛੇ ਬੜੇ ਸਿਆਸੀ ਮੰਨਦੇ ਨੇ ਕਿ ਸਿਆਸੀ ਲਾਹੇ ਸਿਆਸੀ ਮਫਾਦ ਹੋ ਸਕਦੇ ਨੇ ਔਰ ਦੂਜੇ ਪਾਸੇ ਜਿਵੇਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਹਲੇ ਚੁੱਪ ਨੇ ਉਹਨਾਂ ਨੇ ਵੀ ਹਲੇ ਆਪਣੀ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ ਹੈ ਔਰ ਸਿੱਖਾਂ ਦੀ ਕੀ ਭੂਮਿਕਾ ਰਹਿਣ ਵਾਲੀ ਹੈ ਹਾਲਾਂਕਿ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਪਰ ਜਿਸ ਤਰ੍ਹਾਂ ਕੁਝ ਕੁ ਲੋਕਾਂ ਦਾ ਉੱਥੇ ਰਵਈਆ ਰਿਹਾ ਜਾਂ ਕੁਝ ਕੁ ਲੋਕਾਂ ਨੇ ਉੱਥੇ ਐਕਟੀਵਿਟੀਆਂ ਕੀਤੀਆਂ ਨੇ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਤੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਉੱਠ ਰਹੇ ਨੇ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ